ਤੁਸੀਂ ਟੋਪੀ ਵਾਲੇ ਜਿੰਨਾ ਮਰਜ਼ੀ ਆ ਜਾਓ ਤੁਸੀਂ ਰੋਕ ਨਹੀਂ ਪਾਓਗੇ ਫਾਇਰ ਹੋਇਆ ਯਾ ਰਬੜ ਤੋਂ ਤੁਸੀਂ ਮਾਰਿਆ ਤੇ ਹਿਸਾਬ ਲਗਾ ਲਿਓ ਆਪਣਾ ਫਿਰ ਵੱਧ ਕੇ ਲੈ ਜਾਵੇ ਖੱਟਰ ਗਾਣੂ ਦਾ ਰੁਕਣੇ ਵਾਲਾ ਅਸੀਂ ਖੱਟਣ ਨੂੰ ਕਹਿੰਦੇ ਬੰਦਾ ਵੜ ਜਾ ਬੰਦਾ ਸਿੱਧਾ ਜਾਣਾ ਸੀ ਜਦੇ ਉਹਨਾਂ ਨੇ ਮਾਰ ਕੇ ਦੋ ਦੋ ਬਾਵਣੀ ਦੇ ਅਸੀਂ ਆਪਣਾ ਜਦੇ ਅਰੈਸਟ ਕਰਕੇ ਆਪਣਾ ਸਰੈਂਡਰ ਕਰ ਲੈਣੇ ਸਿੱਧੀ ਜੀ ਗੱਲ ਹੈ ਉਹ ਇੰਨੇ ਗਏ ਮੁੱਠੀ ਜਾਏ ਮਸਲਦੀ ਇਹਨਾਂ ਨੂੰ ਇੱਧਰ ਖਾਲਸੇ ਹੈ ਜਦੋਂ ਸਾਡੀ ਫੌਜ ਨੇ ਸਾਨੂੰ ਕਮਾਂਡ ਕਰਤੀ ਨਾ ਆ ਸਾਹਮਣੇ ਅਸੀਂ ਰੇਂਜ ਤੇ ਛੱਡਣੇ ਨਹੀਂ ਹੈਗੇ ਸਾਹਮਣੇ ਇਹਨਾਂ ਨੂੰ ਕਹਿ ਦਿਓ ਜੇ ਹੁਣ ਕਿਸੇ ਨੇ ਨਾ ਆ ਜਿਹੜੀਆਂ ਸਾਈਕਲ ਵਾਲੀਆਂ ਬੈਰੰਗ ਵਾਲੀਆਂ ਗੋਲੀਆਂ ਮਾਰੀਆਂ ਜਾਂ ਬੰਬ ਬੂੰਬ ਮਾਰਿਆ ਜਾਂ ਕਿਸੇ ਵੀ ਤਰ੍ਹਾਂ ਦੀ ਆਹ ਅਥਰੂ ਗੈਸਿਟੀ ਜਾਂ ਇਹਨਾਂ ਨੇ ਕੋਈ ਵੀ ਗਤੀਵਿਧੀ ਕਰੀ ਵੀ ਅਸੀਂ ਬਖਸ਼ਣੇ ਕੋਈ ਨਹੀਂ ਹੈਗੇ ਵੀ ਇੱਧਰ ਐਕਟੀਵਿਟੀ ਹੋਣੀ ਨਹੀਂ ਯਾਰ ਫੌਜ ਨੇ ਜਾ ਕੇ ਨਾ ਰੇਂਜ ਵਿੱਚ ਖੜੇ ਆ ਮਿੱਟੋ ਮਿੱਟੀ ਮਾਰਨੇ ਦੋ ਦੋ ਬਾਮਣੀ ਤੇ ਆਪਣਾ ਐਵੀਡੈਂਸ ਆਪਣੇ ਕੋਲ ਰੱਖਣਾ ਬਿਨਾਂ ਵਧੇਰੇ ਅਟੈਕ ਨਹੀਂ ਕਿਸੇ ਬਗਾਨਾ ਐਵੀਡੈਂਸ ਦੇ ਅਟੈਕ ਡਿਫੈਂਸ ਦੇ ਨਾਲ ਚੱਲਣਾ ਹੈ ਉਹ ਤੋਂ ਬਾਅਦ ਮੈਂ ਜੇ ਕੋਈ 3-5 ਕਰਦਾ ਫਿਰ ਹੁਣ ਤਾਂ ਜੰਗ ਲੱਗੀ ਵੀ ਕੋਈ ਦੇਰ ਵੀ ਕੋਈ ਨਹੀਂ ਹੈਗੀ ਜਿਹੜੇ ਹਿਸਾਬ ਨਾਲ 96 ਕਰੋੜ ਖਾਲਸਾ ਮੈਨੂੰ ਤਾਂ ਗੱਜ ਰਿਹਾ ਦੇਖੋ ਤਿਆਰ ਪਰ ਤਿਆਰ ਆ ਬਾਹਰ ਉਹ ਤਾਂ ਅੰਡਰਸਟੈਂਡ ਕਮਾਂਡ ਨੂੰ ਕਹਿ ਰਹੀ ਹੈ ਕਿ ਹੁਕਮ ਕਰੋ ਜੀ ਵੀ ਅੱਗੇ ਕਰਨਾ ਕੀ ਹੈ ਪੰਜਾਬੀ ਤਾਂ ਖੋਜੀ ਤੇ ਵਿਗਿਆਨੀ ਤੇ ਬਹੁਤ ਬੜੇ ਬੜੇ ਮਤਲਬ ਖਜ਼ਾਨਿਆਂ ਦੇ ਮਾਲਕ ਦੇ ਪੰਜਾਬੀ ਇਹਨਾਂ ਹਰਾਮਜ਼ਾਦਿਆਂ ਨੇ ਭਾਈ ਭਾਈ ਕਹਿ ਕੇ ਨਾਲ ਲਾ ਲਏ ਹੁਣ ਉਹ ਭਾਈ ਭੈਣ ਦੇ ਯਾਰ ਗਰਦਾਰੀਆਂ ਕਰਦੇ ਆ ਸਾਡੇ ਨਾਲ ਪੰਜਾਬ ਸਰਕਾਰ ਨੂੰ ਅਸੀਂ ਆਹੀ ਕਹਿਣਾ ਚਾਹੁੰਦੇ ਹਾਂ ਵੀ ਭਾਈ ਦੇਖ ਬੰਦਿਆਂ ਵਾਣਾ ਨਾਲ ਰਹੇਗਾ ਤਾਂ ਤੈਨੂੰ 5 ਸਾਲ ਅੱਗੇ ਵੀ ਦੇ ਸਕਦੇ ਆ ਇਹਨਾਂ ਦਾ ਕਿਸੇ ਬਈ ਦੇਣੀ ਹੈ ਤੇ ਇਹਨਾਂ ਨੂੰ ਨਾਗਰਿਕਾਂ ਨੂੰ ਨਾ ਮਿਲੇ ਤਾਂ ਫਿਰ ਭਾਈ ਮੈਨੂੰ ਇਹ ਦੱਸ ਇਹੋ ਜਿਹੇ ਰਾਜੇ ਦਾ ਅਸੀਂ ਕਹਿ ਲੈਣਾ ਯਾਰ